ਮੈਂ ਤੇ ਪਹਿਲਾਂ ਕਹਿ ਚੁੱਕਾ ਜੀ ਜੋ ਐਸ ਵੇਲੇ ਹਾਲਾਤ ਨੇ ਔਰ ਕਿਸਾਨਾਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਵਿੱਚ ਜਿੰਨਾ ਭਾਰਤੀ ਜਨਤਾ ਪਾਰਟੀ ਤੇ ਰੋਸ ਆ ਵਿਰੋਧ ਆ ਉਹ ਜੇਕਰ ਇਹ ਮਸਲਾ ਹੱਲ ਨਹੀਂ ਹੁੰਦਾ ਤਾਂ ਇਹ ਤੇ ਗੱਲ ਬਿਲਕੁਲ ਹੀ ਨਹੀਂ ਜ ਆਪਾਂ ਪੰਜਾਬ ਦੇ ਵਿੱਚ 117 ਸੀਟਾਂ ਦੇ ਵਿੱਚ ਚਨਾਉ ਲੜੀਏ 117 ਜਿਹੜੇ ਐਮਐਲਏ ਖਲੋਣੇ ਜਾਂ ਸਰਕਾਰ ਬਣਾਉਣ ਦੇ ਦਾਅਵੇ ਆ ਇਹ ਤੇ ਬਿਲਕੁਲ ਇੱਕ ਸਪਨਾ ਸਪਨਾ ਲੈਣ ਵਾਲੀ ਗੱਲ ਹੈਗੀ ਆ ਮਾਸਟਰ ਮੋਹਲਾ ਜੀ ਕੱਡੇ ਪੁਰਾਣੇ ਨੇ ਪਠਾਨਕੋਟ ਤੋਂ ਕਿੰਨੀ ਉੱਥੇ ਪਟੋ ਧਾਰ ਦੀ ਗੱਲ ਹੈ ਉਹ ਵੀ ਇਸ ਗੱਲ ਤੋਂ ਨਾਲ ਸਹਿਮਤ ਨੇ ਵੀ ਕਿਸਾਨਾਂ ਦਾ ਮਸਲਾ ਜਿਹੜਾ ਹੱਲ ਕਰਵਾਉਣਾ ਚਾਹੀਦਾ ਤਾਂ ਜੇ ਫਤੇਗੜ 14 ਹਜ਼ਾਰ ਦੀ ਵੋਟ ਹੋਵੇ ਤੇ ਫਤੇਗੜ ਜਿਹੜੇ ਕੈਂਡੀਡੇਟ ਖੜਾ ਰਹੇ ਛੱਡ ਕੇ ਚੱਲ ਗਏ ਮੈਦਾਨ ਤੇ ਵੋਟਾਂ ਸਾਰੀਆਂ ਫਤੇਗੜ ਤੋਂ 14 ਪਈਆਂ ਸਾਰੇ ਸ਼ਹਿਰ ਚੋਂ ਵਾਡਾ ਜੀ ਤੁਸੀਂ ਜੁੜੇ ਹੋਏ ਹੋ ਲਾਈਵ ਭਾਰਤ ਤੇ ਮੈਂ ਤੁਹਾਡਾ ਆਪਣਾ ਬਲਵਿੰਦਰ ਸਿੰਘ ਸਰੰਗਲ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਆਂ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ सुरेंद्र ਕੁਮਾਰ ਸ਼ਿੰਦੀ ਜੀ ਦੇ ਗ੍ਰਹਿ ਵਿਖੇ ਜਿੱਥੇ ਅੱਜ ਵੱਖ-ਵੱਖ ਮੁੱਦਿਆਂ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਗੱਲਬਾਤ ਕਰਨ ਜਾ ਰਹੇ ਆਂ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ सुरेंद्र ਕੁਮਾਰ ਸ਼ਿੰਦੀ ਪ੍ਰਧਾਨ ਜੀ ਤੁਹਾਡਾ ਲਾਈਵ ਭਾਰਤ ਚੈਨਲ ਤੋਂ ਸਵਾਗਤ ਜੀ ਮੈਂ ਲਾਈਵ ਭਾਰਤ ਦੇ ਸਾਰੇ ਸ੍ਰੋਤਿਆਂ ਨੂੰ ਸਾਰੇ ਦਰਸ਼ਕਾਂ ਨੂੰ ਮੇਰੇ ਸਾਰਿਆਂ ਨੂੰ ਨਮਸਕਾਰ ਸਤ ਸ੍ਰੀ ਅਕਾਲ ਤੇ ਮੈਂ ਧੰਨਵਾਦ ਦੀਆਂ ਲਾਈਵ ਪਰ ਚੈਨਲ ਦੇ ਰਿਪੋਰਟਰ ਸਰੰਗਲ ਜੀ ਜਿਹੜੇ ਕੀਮਤੀ ਸਮਾਂ ਕੱਢ ਕੇ ਮੇਰੇ ਕੋਲ ਆਏ ਨੇ ਮੈਂ ਇਹਨਾਂ ਦਾ ਧੰਨਵਾਦ ਦੀਆਂ ਜੀ ਪਿਛਲੇ ਲੰਮੇ ਸਮੇਂ ਤੋਂ ਤੁਸੀਂ ਭਾਜਪਾ ਨਾਲ ਕੰਮ ਕਰ ਰਹੇ ਜੇ ਭਾਜਪਾ ਵੱਲੋਂ ਤੁਹਾਨੂੰ ਕਿਹੜੇ-ਕਿਹੜੇ ਅਹੁਦਿਆਂ ਨਾਲ ਨਵਾਜਿਆ ਗਿਆ ਉਹਦੇ ਨਾਲ ਥੋੜਾ ਵਿਸਤਾਰ ਸਹਿਤ ਦੱਸੋ ਮੈਂ ਲਗਭਗ ਭਾਰਤ ਜਨਤਾ ਪਾਰਟੀ ਵਿੱਚ ਤਕਰੀਬਨ 40 ਸਾਲ ਤੋਂ ਪਾਰਟੀ ਦੀ ਸੇਵਾ ਕਰ ਰਿਹਾ ਹਾਂ ਔਰ ਪਾਰਟੀ ਦੇ ਮੱਖਕ ਵੱਖੇ ਜ਼ਿੰਮੇਵਾਰੀਆਂ ਤੋਂ ਜੋ ਮੈਨੂੰ ਪਾਰਟੀ ਨੇ ਜ਼ਿੰਮੇਵਾਰੀਆਂ ਦਿੱਤੀਆਂ ਮੈਂ ਆਪਣੀ ਇਮਾਨਦਾਰੀ ਦੇ ਤੰਦ ਹੀ ਉਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਈ ਹਾਂ ਭਾਵੇਂ ਉਹ ਜੁਆ ਮੋਰਚੇ ਦੀ ਪ੍ਰਧਾਨ ਹੋਵੇ ਚਾਹੇ ਜੁਆ ਮੋਰਚੇ ਦਾ ਜ਼ਿਲ੍ਹੇ ਦਾ ਜENNASECTY ਹੋਵੇ ਚਾਹੇ ਫਤੇਗੜ ਚੂੜੀਆਂ ਮੰਡਲ ਦਾ ਮੰਡਲ ਪ੍ਰਧਾਨ ਰਿਆਂ ਜਿਹੜਾ ਸਾਡਾ ਭਾਰਤੀ ਜਨਤਾ ਪਾਰਟੀ ਦਾ ਜ਼ਿਲ੍ਹਾ ਬਟਾਲਾ ਦੋ ਵਾਰ ਮੈਂ ਬਟਾਲਾ ਜ਼ਿਲ੍ਹਾ ਦਾ ਬੀਜੇਪੀ ਦਾ ਪ੍ਰਧਾਨ ਰਿਆਂ ਫਤੇਗੜ ਚੂੜੀਆਂ ਦੇ ਵਿੱਚ ਮੈਂ ਚਾਰ ਵਾਰ ਨਗਰ ਕੌਂਸਲ ਕੌਂਸਲ ਰਿਆਂ ਦੋ ਵਾਰ ਮੈਂ ਨਗਰ ਕੌਂਸਲ ਫਤੇਗੜ ਚੂੜੀਆਂ ਦਾ ਪ੍ਰਧਾਨ ਵੀ ਰਿਆਂ ਔਰ ਬੜੇ ਲੰਮੇ ਸਮੇਂ ਤੋਂ ਮੈਂ ਭਾਰਤੀ ਜਨਤਾ ਪਾਰਟੀ ਪ੍ਰਦੇਸ਼ ਦੀ ਜਿਹੜੀ ਸਾਡੀ ਕਾਰਿਆ ਕਰਨੀ ਹੈ ਜਿਹੜੀ ਟੀਮ ਹੈ ਉਸ ਵਿੱਚ ਮੈਂ ਸਪੈਸ਼ਲ ਨਮਾਇਟ ਵੀ ਤੌਰ ਤੇ ਲਗਭਗ 14-15 ਸਾਲ ਤੋਂ ਕੰਮ ਕੀਤਾ ਔਰ ਮੈਂ ਇਸ ਵੇਲੇ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਪ੍ਰਦੇਸ਼ ਦੇ ਵਿੱਚ ਜਿਹੜਾ ਹੈ ਉਹ ਮੈਂ ਸਥਾਈ ਮੈਂਬਰ ਵੀ ਰਿਹਾ ਪਰ ਪਾਰਟੀ ਵਿੱਚ ਇੰਨਾ ਲੰਮਾ ਸਮਾਂ ਕੰਮ ਕੀਤਾ ਆ ਆਪਣੀ ਲਾਈਫ ਦੇ ਵਿੱਚ ਔਰ ਬੜੇ ਔਖੇ ਸਮੇਂ ਵਿੱਚ ਵੀ ਜਦੋਂ ਇਹ ਨਹੀਂ ਸੀ ਪਤਾ ਹੁੰਦਾ ਵੀ ਸਾਡੀ ਕੋਈ ਪੰਜਾਬ ਵਿੱਚ ਕੋਈ ਰਾਜਪਾਗ ਆਉਣਾ ਆ ਜਾਂ ਕੋਈ ਸੈਂਟਰ ਵਿੱਚ ਸਾਡਾ ਰਾਜਪਾਗ ਆਉਗਾ ਉਹਨਾਂ ਸਮਿਆਂ ਦੇ ਵਿੱਚ ਵੀ ਕੰਮ ਕੀਤਾ ਔਰ ਬੜੀ ਡੇਢਤਾ ਤੇ ਨਿਸ਼ਟਾਨਾ ਕੀਤਾ ਇਮਾਨਦਾਰਨਾ ਕੀਤਾ ਸੱਚਾਈ ਤੇ ਕੀਤਾ ਪਰ ਹੁਣ ਜਿਹੜਾ ਜਿੰਨਾ ਕਿ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਦਾ ਝੂਠ ਚੱਲ ਰਿਹਾ ਹੈ ਝੂਠ ਦੀ ਦੁਕਾਨਦਾਰੀ ਚੱਲ ਰਹੀ ਹੈ ਉਹ ਮਨ ਵੇਖ ਕੇ ਦੁਖੀ ਵੀ ਹੁੰਦਾ ਕਿ ਇਹ ਜਿਹੜੀ ਝੂਠ ਦੀ ਦੁਕਾਨਦਾਰਾਂ ਨਾਲ ਪਾਰਟੀ ਵਧੇਗੀ ਨਹੀਂਗੀ ਇਹ ਜਿਹੜਾ ਹੈ ਪਾਰਟੀ ਦਾ ਗ੍ਰਾਫ ਘਟੇਗਾ ਇਸ ਤੇ ਪਾਰਟੀ ਨੂੰ ਜਿਹੜਾ ਹੈ ਵਿਚਾਰ ਕਰਨ ਵਾਲੀ ਬਹੁਤ ਜ਼ਰੂਰੀ ਗੱਲ ਹੈ ਧੰਨਵਾਦ ਮੇਰਾ ਸਵਾਲ ਇਹ ਹੈ ਕਿ ਜਿਵੇਂ ਆਪ ਜੀ ਨੂੰ ਵੀ ਪਤਾ ਹੈ ਕਿ ਕਰੀਬ 7 ਮਹੀਨਿਆਂ ਤੋਂ ਲਗਾਤਾਰ ਕਿਸਾਨੀ ਮੁੱਦੇ ਨੂੰ ਲੈ ਕੇ ਕਿਸਾਨ ਦਿੱਲੀ ਦੇ ਸੜਕਾਂ ਉੱਤੇ ਦਿਨ ਰਾਤ ਇੱਕ ਕਰਕੇ ਆਪਣੇ ਮੰਗਾਂ ਨੂੰ ਲੈ ਕੇ ਮੰਗਾਂ ਮਣਾਉਣ ਵਾਸਤੇ ਉੱਥੇ ਬੈਠੇ ਹੋਏ ਹਨ ਉਹਨਾਂ ਠੰਡਣੀ ਵੇਖੀ ਗਰਮੀ ਨਹੀਂ ਵੇਖੀ ਪਰ ਬੀਜੇਪੀ ਦੀ ਸਰਕਾਰ ਉਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਤੁਸੀਂ ਇਹਦੇ ਸਬੰਧ ਚ ਕੀ ਕਹਿਣਾ ਚਾਹਦੇ ਹੋ ਇਹ ਬਿਲਕੁਲ ਠੀਕ ਗੱਲ ਹੈ ਜੀ ਕਿਸਾਨ ਬਹੁਤ ਲੰਮੇ ਸਮੇਂ ਤੋਂ ਜਿਹੜੇ ਸੈਂਟਰ ਸਰਕਾਰ ਨੇ ਖੇਤੀ ਕਾਨੂੰਨ ਪਾਸ ਕੀਤੇ ਨੇ ਉਸ ਨੂੰ ਰੱਦ ਕਰਾਉਣ ਵਾਸਤੇ ਬਹੁਤ ਜਦੋਜਾਹਦ ਕਰ ਰਿਹਾ ਹੈ ਔਰ ਬੜੀਆਂ ਕੁਰਬਾਨੀਆਂ ਦੇ ਕੇ ਵੀ ਨਾ ਉਹਨਾਂ ਨੇ ਧੁੱਪ ਵੇਖੀ ਆ ਨਾ ਉਹਨਾਂ ਗਰਮੀ ਵੇਖੀ ਆ ਨਾ ਉਹ ਸਰਦੀ ਵੇਖੀ ਆ ਉਹ ਇਸ ਅੰਦੋਲਨ ਦੇ ਵਿੱਚ ਬਿਲਕੁਲ ਡਟੇ ਹੋਏ ਹਨ ਕਿ ਇਹ ਜਿਹੜੇ ਕਾਨੂੰਨ ਬਣਾਏ ਨੇ ਸੈਂਟਰਲ ਸਰਕਾਰ ਨੇ ਕਿਸਾਨਾਂ ਦੇ ਬਿਲਕੁਲ ਉਲਟ ਨੇ ਇਹ ਕਿਸਾਨ ਮਾਰੂ ਕਾਨੂੰਨ ਨੇ ਤੇ ਇਹਨੂੰ ਜੋ ਮਰਜ਼ੀ ਹੋਵੇ ਅਸੀਂ ਇਸ ਨੂੰ ਰੱਦ ਕਰਾਉਨੇ ਆ ਮੈਂ ਵੀ ਸਾਡਾ ਕਿਸਾਨਾਂ ਨਾਲ ਨੂੰ ਮਾਸਦਾ ਰਿਸ਼ਤਾ ਇੱਕ ਪੰਜਾਬੀ ਹੋਣ ਦੇ ਨਾਤੇ ਇੱਕ ਪੰਜਾਬ ਦੇ ਵਿੱਚ ਅਸੀਂ ਇੱਥੇ ਕਿਸਾਨਾਂ ਦੇ ਨਾਲ ਕਾਰੋਬਾਰ ਕਰਦੇ ਆਂ ਪੰਜਾਬ ਦੀ ਸਾਰੀ ਜਿਹੜੀ ਹੈ ਕਨਮੀ ਕਨਮੀ ਜਿਹੜੀ ਹੈ ਕਾਰੋਬਾਰ ਜਿਹੜਾ ਇਹ ਕਿਸਾਨਾਂ ਤੋਂ ਹੀ ਚੱਲਦਾ ਹੈ ਮੈਂ ਆਰਤੀ ਹਾਂ ਪਿੰਡੂ ਖੇਤਰ ਦੇ ਵਿੱਚ ਰਹਿੰਦਾ ਮੇਰਾ ਕਿਸਾਨਾਂ ਨਾਲ ਬਹੁਤ ਜ਼ਿਆਦਾ ਨੇੜਤਾ ਆ ਔਰ ਸਾਡੇ ਸਾਰੇ ਪੰਜਾਬੀਆਂ ਦਾ ਹੀ ਇਹ ਫਰਜ਼ ਬੰਦਾ ਵੀ ਅਸੀਂ ਜਿਹੜੀ ਕਿਸਾਨਾਂ ਦੀ ਉਹ ਮੰਗ ਆ ਉਸ ਨੂੰ ਉਹਨਾਂ ਦੇ ਨਾਲ ਰਲিয়ে ਤੇ ਕੇਂਦਰ ਸਰਕਾਰ ਨੂੰ ਇਹ ਕਹੀਏ ਕਿ ਜਿਹੜੇ ਕਿਸਾਨਾਂ ਦੇ ਕਾਨੂੰਨ ਨੇ ਜਿੰਨਾਂ ਦੋਨਾਂ ਨੂੰ ਕਿਸਾਨਾਂ ਨੂੰ ਡਾਰਿਆ ਵੀ ਸਾਨੂੰ ਜਿਹੜੇ ਕਾਨੂੰਨ ਜਿਹੜੇ ਆਏ ਸਾਡੇ ਹਿੱਤ ਵਿੱਚ ਨਹੀਂ ਹਨ ਤੇ ਉਹਨਾਂ ਕਾਨੂੰਨਾਂ ਨੂੰ ਰੱਦ ਕਰਕੇ ਤੇ ਕਿਸਾਨਾਂ ਨੂੰ ਜਿਹੜੀ ਹੈ ਰਾਹਤ ਦਿਵਾਉਣੀ ਚਾਹੀਦੀ ਆ ਬਹੁਤ ਜ਼ਿਆਦਾ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਔਰ ਸਾਨੂੰ ਸਾਰਿਆਂ ਨੂੰ ਪੰਜਾਬੀ ਨਾਤੇ ਹੋਣ ਦੇ ਨਾਤੇ ਕਿਸਾਨਾਂ ਦੀ ਜਿਹੜੀ ਹੈ ਗੱਲ ਹੈ ਸੈਂਟਰ ਸਰਕਾਰ ਤੱਕ ਦਬਾਅ ਬਣਾਉਣਾ ਚਾਹੀਦਾ ਔਰ ਉਹ ਦਬਾਅ ਬਣਾ ਕੇ ਗੱਲ ਕਹਿਣੀ ਚਾਹੀਦੀ ਹੈ ਕਿਸਾਨਾਂ ਦੇ ਜਿਹੜੀ ਹੈ ਜਿਸ ਤਰ੍ਹਾਂ ਮਰਜ਼ੀ ਸਮਝੌਤਾ ਕਰਕੇ ਕਾਨੂੰਨ ਰੱਦ ਕਰਕੇ ਕਿਸਾਨਾਂ ਨੂੰ ਰਾਹਤ ਦਈਏ ਤੇ ਕਿਸਾਨ ਜਿਹੜੇ ਆ ਆਪਣੇ ਘਰਾਂ ਨੂੰ ਜਾ ਕੇ ਵਾਪਸ ਜਾਣ ਤੇ ਆਪਣਾ ਖੇਤੀਬਾੜੀ ਦਾ ਜਿਹੜਾ ਉਹ ਕੰਮ ਕਰਨ ਜੀ ਦੂਸਰਾ ਸਵਾਲ ਮੇਰਾ ਇਹ ਹੈ ਕਿ ਕੈਬਨਟ ਮੰਤਰੀ ਰਹ ਚੁਕੇ ਅੰਮ੍ਰਿਤਸਰ ਤੋਂ ਜੋਸ਼ੀ ਸਾਹਿਬ ਤੁਹਾਡੇ ਬਹੁਤ ਉਹਨਾਂ ਨਾਲ ਨੇੜਤਾ ਹੈ ਉਹਨਾਂ ਨੇ ਕਿਸਾਨੀ ਮੁੱਦੇ ਤੇ ਲੈ ਕੇ ਕਾਫੀ ਵਾਰੀ ਮਸਲਾ ਚੁੱਕਿਆ ਪਰ ਉਹਨਾਂ ਨੂੰ ਭਾਜਪੀ ਵੱਲੋਂ 6 ਸਾਲ ਲਈ ਮੁਤਲ ਕਰ ਦਿੱਤਾ ਗਿਆ ਉਹਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜੋਸ਼ੀ ਸਾਹਿਬ ਨੇ ਜੋ ਪੰਜਾਬ ਦੀ ਹਕੀਕਤ ਸੀ ਜੋ ਕਿਸਾਨੀ ਦੀ ਲੋਕਾਂ ਦੇ ਵਿੱਚ ਕਾਨੂੰਨਾਂ ਬਾਰੇ ਚਰਚਾ ਸੀ ਉਹਨਾਂ ਨੇ ਇੱਕ ਭਾਰਤੀ ਜਨਤਾ ਪਾਰਟੀ ਦੇ ਉਹ ਲੀਡਰ ਨੇ ਉਹਨਾਂ ਨੇ ਆਪਣੀ ਪੰਜਾਬ ਦੇ ਪ੍ਰਧਾਨ ਤੇ ਸਮੁੱਚੀ ਟੀਮ ਨੂੰ ਉਹਨਾਂ ਨੂੰ ਇਹ ਸਚਾਈ ਦੱਸਣ ਦਾ ਪ੍ਰალਾਂ ਕੀਤਾ ਸੀ ਯਤਨ ਕੀਤਾ ਸੀ ਪਈ ਜਿਹੜਾ ਕਿਸਾਨ ਜਿਹੜਾ ਐਸ ਵੇਲੇ ਜਿਹੜੇ ਖੇਤੀ ਕਾਨੂੰਨ ਜਿਹੜੇ ਬਣਾਏ ਆ ਉਹਨਾਂ ਦੇ ਵਿਰੋਧ ਦੇ ਵਿੱਚ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਉੱਪਰ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਉੱਪਰ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਉੱਪਰ ਉਹਨਾਂ ਨੂੰ ਬਹੁਤ ਗੁੱਸਾ ਆ ਰੋਸ ਆ ਵੀ ਉਹ ਇੰਨੇ ਲੰਮੇ ਸਮੇਂ ਤੋਂ ਉੱਥੇ ਸੰਘਰਸ਼ ਕਰ ਰਹੇ ਨੇ ਇੱਕ ਖੇਤੀ ਕਾਨੂੰਨ ਰੱਦ ਕਰਾਉਣ ਵਾਸਤੇ ਤੇ ਜੋਸ਼ੀ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਵੀ ਜੇਕਰ ਅਸੀਂ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੰਮ ਚਲਾਉਣਾ ਹੈ ਆਉਣ ਵਾਲੀਆਂ ਜਿਹੜੀਆਂ ਵਿਧਾਨ ਸਭਾ ਇਲੈਕਸ਼ਨਾਂ ਸਿਰਤੇ ਨੇ ਤੇ ਕਿਸਾਨਾਂ ਦੇ ਮੁੱਦੇ ਤੋਂ ਹੱਲ ਕਰਾਉਣ ਤੋਂ ਬਗੈਰ ਅਸੀਂ ਪੰਜਾਬ ਦੇ ਵਿੱਚ ਰਾਜਨੀਤਿਕ ਤੌਰ ਤੇ ਅਸੀਂ ਕਾਮਯਾਬੀ ਨਹੀਂ ਹੋ ਸਕਦੇ ਇਹ ਕਾਨੂੰਨ ਜਿਹੜੇ ਆ ਇਹਨਾਂ ਨੂੰ ਚਾਹੇ ਵਾਪਸ ਕਰਾਓ ਚਾਹੇ ਰੱਦ ਕਰਾਓ ਚਾਹੇ ਕੋਈ ਸਮਝੌਤਾ ਕਰਾਓ ਤਾਂ ਹੀ ਸਾਡੇ ਇਹਨਾਂ ਜੇ ਕਿਸਾਨਾਂ ਦਾ ਭਲਾ ਹੈ ਤੇ ਸਾਰੇ ਪੰਜਾਬ ਵਾਸੀਆਂ ਦਾ ਇਹ ਭਲਾ ਹੈ ਉਹਨਾਂ ਨੇ ਇਹਨਾਂ ਦੇ ਸਾਹਮਣੇ ਜਿਹੜੀ ਹੈ ਸਚਾਈ ਇਹਨਾਂ ਨੂੰ ਦੱਸੀ ਸੀ ਕਿ ਇੱਕ ਜਿਹੜੀ ਆ ਇਹ ਕੀ ਆ ਇਸ ਕਰਕੇ ਉਹਨਾਂ ਨੇ ਸਾਰੀ ਸਲੀਅਤ ਉਹਨਾਂ ਨੂੰ ਜਾਣੂ ਕਰਾਇਆ ਸੀ ਵੀ ਆਪਾਂ ਸਾਰੇ ਰਲ ਕੇ ਸੈਂਟਰ ਦੇ ਉੱਤੇ ਆਪਾਂ ਸਾਰੇ ਜਿੰਨੇ ਆਪਣਾ ਪੰਜਾਬ ਦੇ ਵਿੱਚ ਐਮਐਲਏ ਜਿਹੜਿਆ ਚਨਾਉ ਲੜਦੇ ਨੇ ਹੋਰ ਜਿਹੜੀ ਪੰਜਾਬ ਦੀ ਸਾਡੇ ਲੀਡਰਸ਼ਿਪ ਆ ਆਪਾਂ ਸੈਂਟਰ ਦੇ ਉੱਤੇ ਦਬਾਅ ਬਣਾਈਏ ਉਹਨਾਂ ਨੂੰ ਕਹੀਏ ਕਿ ਜਿੰਨਾ ਚਿਰ ਤੱਕ ਆਪਾਂ ਕਿਸਾਨਾਂ ਦਾ ਮਸਲਾ ਹੱਲ ਨਹੀਂ ਕਰਾਉਂਦੇ ਉਹਨਾਂ ਚਿਰ ਦੇ ਵਿੱਚ ਅਸੀਂ ਰਾਜਨੀਤਿਕ ਤੌਰ ਤੇ ਪੰਜਾਬ ਦੇ ਵਿੱਚ ਕੰਮਜਾਮ ਨਹੀਂ ਹੋ ਰੇ ਕਿਉਂਕਿ ਹਰ ਪੰਜਾਬ ਦੇ ਲੀਡਰ ਨੂੰ ਕਈ ਵਰਕਰਾਂ ਨੂੰ ਕਿਸਾਨਾਂ ਦੇ ਤੁਸੀਂ ਵੇਖ ਰਹੇ ਹੋ ਕਿ ਉਹਨਾਂ ਦੇ ਰੋਸ ਦਾ ਉਹਨਾਂ ਦੇ ਵਿਰੋਧ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਘਟਨਾਵਾਂ ਵੀ ਵਾਪਰੀਆਂ ਹਨ ਉਹ ਕਿਸਾਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਘਰਾਂ ਤੋਂ ਨਹੀਂ ਨਿਕਲ ਦਿੰਦੇ ਕਈਆਂ ਦਾ ਉਹਨਾਂ ਨੇ ਘਰਾਓ ਕੀਤਾ ਕਈਆਂ ਦੇ ਵਿੱਚ ਉਹਨਾਂ ਨੇ ਆਪਣੇ ਗੁੱਸੇ ਵਿੱਚ ਆ ਕੇ ਉਹਨਾਂ ਦੀ ਮਾਰਕਟਾਈ ਵੀ ਕੀਤੀ ਆ ਇਸ ਕਰਕੇ ਇਹ ਜਿਹੜਾ ਉਹ ਵੀ ਇਸ ਕਿਸਾਨੀ ਮੁੱਦੇ ਨੂੰ ਲੈ ਕੇ ਆਪਣੇ ਕਾਨੂੰਨਾਂ ਦੇ ਵਿਰੁੱਧ ਡਟੇ ਹੋਏ ਹਨ ਤੇ ਇਸ ਕਰਕੇ ਜਿਹੜਾ ਹੈ ਉਹਨਾਂ ਚਿਰੇ ਗੜਾ ਪੰਜਾਬ ਦੇ ਵਿੱਚ ਜਿਹੜਾ ਹੈ ਚੰਗੇ ਢੰਗ ਦੇ ਨਾਲ ਜਿਹੜਾ ਹੈ ਪੰਜਾਬ ਚੱਲੇ ਇਹ ਕਾਨੂੰਨਾਂ ਨੂੰ ਰੱਦ ਕਰਕੇ ਤੇ ਕਿਸਾਨਾਂ ਨੂੰ ਰਾਹ ਦੇਣੀ ਚਾਹੀਦੀ ਹੈ ਇਹ ਜੋਸ਼ੀ ਸਾਹਮਣੇ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਚਾਹੀਦਾ ਤੇ ਇਹ ਸੀ ਕਿ ਪੰਜਾਬ ਨੂੰ ਜਿਹੜੀ ਗੱਲ ਹੈ ਜੋਸ਼ੀ ਸਾਹਮਣੇ ਗੱਲ ਕੀਤੀ ਹੈ ਜਾਂ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਵਰਕਰਾਂ ਦੀ ਜਿਹੜੀ ਸੋਚ ਹੈ ਉਸ ਨੂੰ ਜੋਸ਼ੀ ਸਾਹਿਬ ਦੀ ਗੱਲ ਨੂੰ ਮੰਨਦੇ ਪਹਿਲਾਂ ਉਹ ਜੋਸ਼ੀ ਸਾਹਿਬ ਨੇ ਇਹਨਾਂ ਨੇ ਅੰਦਰ ਬੈਠ ਕੇ ਮੀਟਿੰਗਾਂ ਦੇ ਵਿੱਚ ਉਹਨਾਂ ਨੂੰ ਆਪਣਾ ਵਿਚਾਰ ਦੱਸਿਆ ਕਿ ਇਹ ਜਿਹੜੀ ਗੱਲ ਹੈ ਪਾਰਟੀ ਦੇ ਭਲੇ ਵਾਸਤੇ ਆ ਪੰਜਾਬ ਦੇ ਭਲੇ ਵਾਸਤੇ ਆ ਪਰ ਇਹਨਾਂ ਨੇ ਉਸ ਗੱਲ ਨੂੰ ਉਹਨਾਂ ਤੇ ਗੌਰ ਨਹੀਂ ਕੀਤਾ ਜੋਸ਼ੀ ਸਾਹਿਬ ਇੱਕ ਕੋਈ ਐਵੇਂ ਸਧਾਰਨ ਕਾਰਜਕਰਤਾ ਤਾਂ ਨਹੀਂ ਸਨ ਪੰਜਾਬ ਦੇ ਵਿੱਚ ਬੜੇ ਉਹ ਭਾਰਤੀ ਜਨਤਾ ਪਾਰਟੀ ਉਗੇ ਲੀਡਰ ਰਹੇ ਨੇ ਉਹ ਮਨਿਸਟਰ ਰਹੇ ਨੇ ਔਰ ਚੰਗੇ ਚੰਗੇ ਮਹਿਕਮਿਆਂ ਦੇ ਮੰਤਰੀ ਰਹੇ ਨੇ ਔਰ ਬੜੇ ਬਖੂਬੀ ਨਾਲ ਉਹਨਾਂ ਨੇ ਇਹ ਮਹਿਕਮੇ ਨੂੰ ਚਲਾਇਆ ਸਾਰ ਪੰਜਾਬ ਵਿੱਚ ਸਾਰੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦਾ ਲੋਕਾਂ ਦਾ ਜੋ ਪੰਜਾਬ ਸਰਕਾਰ ਦੇ ਕੋਲੋਂ ਉਹਨਾਂ ਦੇ ਕੰਮ ਸੀ ਉਹਨਾਂ ਨੇ ਕਰਵਾਏ ਆ ਪੰਜਾਬ ਦਾ ਹਰ ਵਰਕਰ ਉਹਨਾਂ ਦੇ ਨਾਲ ਜੁੜਿਆ ਔਰ ਉਹਨਾਂ ਦਾ ਵੀ ਉਹਨਾਂ ਨੂੰ ਇਹ ਗੱਲ ਸੀ ਵੀ ਜਿਹੜੀ ਤੁਹਾਡੀ ਗੱਲ ਹੈ ਇਹ ਜਿਹੜੀ ਆ ਗੱਲ ਜਿਹੜੀ ਆ ਭਾਰਤੀ ਜਨਤਾ ਪਾਰਟੀ ਨੂੰ ਅੱਗੇ ਹੋ ਕੇ ਸੈਂਟਰ ਤੇ ਪ੍ਰੈਸ਼ਰ ਬਣਾਉਣਾ ਚਾਹੀਦਾ ਚਾਹੀਦਾ ਤੇ ਸੀ ਉਹਨਾਂ ਕੋਲ ਆਉਂਦੇ ਉਹਨਾਂ ਦੀ ਗੱਲਬਾਤ ਸੁਣ ਕੇ ਇਹ ਵਿਚਾਰ ਜਿਹੜਾ ਇਕੱਠੇ ਕਰਕੇ ਮੀਟਿੰਗ ਹੋ ਕੇ ਵਿਚਾਰ ਨੂੰ ਉਹਨਾਂ ਨੂੰ ਸਹਿਮਤੀ ਕਰਕੇ ਤੇ ਸੈਂਟਰ ਦੇ ਗੱਲ ਕਰਦੇ ਪਰ ਉਹਨਾਂ ਨੇ ਉਹਨਾਂ ਦੀ ਗੱਲ ਉਹਨਾਂ ਦੀ ਜਿਹੜੀ ਹੈ 35 ਸਾਲ ਦਾ ਰਾਜਨੀਤਿਕ ਦੇ ਵਿੱਚ ਉਹਨਾਂ ਦਾ ਜੋ ਹੈ ਉਹਨਾਂ ਦਾ ਕੰਮ ਨੂੰ ਉਹਨਾਂ ਦੀ ਦੇਣ ਸੀ ਉਸ ਨੂੰ ਅੱਖੋਂ ਪਰੋਖੇ ਕਰਕੇ ਤੇ ਥੋੜੇ ਸਮੇਂ ਦੇ ਵਿੱਚ ਉਹਨਾਂ ਨੂੰ ਨੋਟਿਸ ਦੇ ਕੇ ਤੇ ਪਾਰਟੀ ਨੂੰ ਕੱਢਣ ਦਾ ਜਿਹੜਾ ਫੈਸਲਾ ਉਹਨਾਂ ਨੇ ਕੀਤਾ ਕੱਢਿਆ ਇਹ ਬਹੁਤ ਮਾਰੀ ਗੱਲ ਆ ਇਹਨਾਂ ਪਾਰਟੀ ਦੇ ਵਿੱਚ ਇਹੋ ਜੇ ਵਰਕਰ ਨੂੰ ਜੇ ਕੱਢਿਆ ਜਾਏਗਾ ਤੇ ਪਾਰਟੀ ਜਿਹੜੀ ਹੈ ਅੱਗੇ ਅੱਜ ਗਿਨ ਗਈ ਪਾਰਟੀ ਦਾ ਗ੍ਰਾਫ ਅੱਗੇ ਹੀ ਬਹੁਤ ਘਟਿਆ ਜੋ ਜੋਸ਼ੀ ਸਾਹਿਬ ਨੇ ਅਸਲੀਅਤ ਨੂੰ ਜਾਨੂ ਕਰਾਉਣ ਵਾਸਤੇ ਕਿਹਾ ਸੀ ਵੀ ਆਪਾਂ ਸੈਂਟਰ ਨੂੰ ਸੈਂਟਰ ਭਾਜਪਾ ਨੂੰ ਇਹ ਜਾਨੂ ਕਰਾਈਏ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਕੀਕਤ ਕੀ ਹੈ ਗਰਾਊਂਡ ਲੈਵਲ ਤੇ ਅਸੀਂ ਕੀ ਹੈ ਪਰ ਉਹਨਾਂ ਨੇ ਇਸ ਗੱਲ ਨੂੰ ਅੱਖੋਂ ਪਰੋਖੇ ਕਰਕੇ ਅਸਲੀਅਤ ਨੂੰ ਨਹੀਂ ਜਾਣਿਆ ਤੇ ਝੂਠ ਦੀ ਦੁਕਾਨਦਾਰੀ ਨੂੰ ਹੋਰ ਵਧਾਉਣ ਦੇ ਖਾਤਰ ਜੋਸ਼ੀ ਸਾਹਿਬ ਨੂੰ ਉਹਨਾਂ ਨੇ ਉਹਨਾਂ ਨੇ ਪਾਰਟੀ ਚੋਂ ਕੱਢਿਆ ਇਹ ਜਿਹੜੀ ਹੈ ਬਹੁਤ ਮਾਰੀ ਗੱਲ ਆ ਤੁਸੀਂ ਸਾਹਮਣੇ ਸੱਚਾਈ ਬੋਲੀ ਆ ਠੀਕ ਆ ਉਹਨਾਂ ਨੇ ਆਪਣੇ ਜ਼ਮੀਰ ਦੀ ਆਵਾਜ਼ ਨਾਲ ਗੱਲ ਕੀਤੀ ਆ ਪਾਰਟੀ ਨੂੰ ਬਚਾਉਣ ਦੀ ਗੱਲ ਕੀਤੀ ਆ ਤੇ ਉਹ ਜਿਹੜੀ ਆ ਉਹ ਗੱਲ ਜਿਹੜੀ ਆ ਉਹ ਕਰਦੇ ਰਹਿਣਗੇ ਠੀਕ ਆ ਸੱਚੀ ਗੱਲ ਕਰਦੇ ਆ ਜਿੱਦਾਂ ਸਾਰਾ ਪੁਰਾਣਾ ਇਤਿਹਾਸ ਵੇਖੀਏ ਪੁਰਾਣੇ ਮਹਾਮੁਰਸ਼ਿਆਂ ਦੀ ਗੱਲ ਵੇਖੀਏ ਤੇ ਜਿਹੜੇ ਵੀ ਸੱਚਾਈ ਦੇ ਮਾਰਗਾਂ ਤੇ ਚੱਲੇ ਉਹਨਾਂ ਨੂੰ ਕਠਰਾइयों ਦਾ ਸਾਹਮਣਾ ਕਰਨਾ ਪਿਆ ਸੋਛੀ ਸਾਹਮਣੇ ਸੱਚਾਈ ਕਹੀ ਆ ਕਠਰਾइयों ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਸਕਦਾ ਪਰ ਇਹ ਗੱਲ ਪੁਰਾਣੇ ਇਤਿਹਾਸ ਤੋਂ ਸਾਨੂੰ ਜਾਨਣਾ ਚਾਹੀਦਾ ਹੋਣਾ ਚਾਹੀਦਾ ਕਿ ਜਿਹੜੀ ਜਿੱਤ ਹੈ ਜਿੱਤ ਮੈਂ ਸੱਚ ਚਾਹੀਦੀ ਹੋਈ ਹੈ ਔਰ ਇਹ ਜਿੱਤ ਜਿਹੜੀ ਆ ਜੋਸ਼ੀ ਸਾਹਿਬ ਦੇ ਜਿਹੜੇ ਵਿਚਾਰ ਨੇ ਕਿਸਾਨਾਂ ਦੇ ਨਾਲ ਆ ਅਸੀਂ ਉਹਨਾਂ ਦੇ ਨਾਲ ਆ ਪੰਜਾਬ ਦੇ ਵਰਕਰ ਉਹਨਾਂ ਦੀ ਇਸ ਗੱਲ ਨੂੰ ਸਹੀ ਮੰਨਦੇ ਨੇ ਔਰ ਪੰਜਾਬ ਦੇ ਵਰਕਰ ਜਿਹੜੇ ਆ ਉਹ ਬਹੁਤ ਜ਼ਿਆਦਾ ਸਾਰੇ ਪੰਜਾਬ ਦੇ ਵਿੱਚੋਂ ਉਹਨਾਂ ਦੇ ਨਾਲ ਆ ਕਿ ਜੋਸ਼ੀ ਸਾਹਿਬ ਤੁਹਾਡੀ ਜਿਹੜੀ ਗੱਲ ਹੈ ਬਿਲਕੁਲ ਠੀਕ ਹੈ ਔਰ ਪਾਰਟਨਰਸ ਤੇ ਗੌਰ ਕਰਨਾ ਚਾਹੀਦਾ ਜੀ ਹੋ ਨਹੀਂ ਲੱਗਦਾ ਕਿ ਜੇਕਰ ਕਿਸਾਨਾਂ ਦਾ ਮਸਲਾ ਬੀਜੇਪੀ ਸਰਕਾਰ ਨਹੀਂ ਕੁਝ ਕਰਦੀ ਤੇ ਆਉਣ ਵਾਲੀ 2022 ਦੀ ਇਲੈਕਸ਼ਨ ਵਿੱਚ ਪੰਜਾਬ ਵਿੱਚ ਕਿਸ ਤਰ੍ਹਾਂ ਇਹ ਇਲੈਕਸ਼ਨ ਜਿੱਤेंगे ਮੈਂ ਤੇ ਪਹਿਲਾਂ ਕਹਿ ਚੁੱਕਾ ਜੀ ਜੋ ਇਸ ਵੇਲੇ ਹਾਲਾਤ ਨੇ ਔਰ ਕਿਸਾਨਾਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਵਿੱਚ ਜਿੰਨਾ ਭਾਰਤੀ ਜਨਤਾ ਪਾਰਟੀ ਤੇ ਰੋਸ ਆ ਵਿਰੋਧ ਆ ਔਰ ਜੇਕਰ ਇਹ ਮਸਲਾ ਹੱਲ ਨਹੀਂ ਹੁੰਦਾ ਤਾਂ ਇਹ ਤੇ ਗੱਲ ਬਿਲਕੁਲ ਹੀ ਨਹੀਂ ਪੰਜਾਬ ਦੀ ਵੀ ਆਪਾਂ ਪੰਜਾਬ ਦੇ ਵਿੱਚ 117 ਸੀਟਾਂ ਦੇ ਵਿੱਚ ਚਨਾਉ ਲੜੀਏ ਤੇ ਕੋਈ ਆਪਾਂ ਪ੍ਰਾਪਤੀ ਕਰੀਏ ਇਸ ਤੋਂ ਅੰਦਾਜ਼ਾ ਪਿਛਲੀਆਂ ਜਿਹੜੀਆਂ ਨਗਰ ਕੌਂਸਲਰਾਂ ਦੀਆਂ ਪੰਜਾਬ ਵਿੱਚ ਇਲੈਕਸ਼ਨ ਹੋਈਆਂ ਨੇ ਉਸ ਤੋਂ ਵੀ ਸਾਨੂੰ ਸਬਕ ਲੈਣਾ ਚਾਹੀਦਾ ਸੀ ਕਿ ਸਾਰੇ ਪੰਜਾਬ ਦੇ ਵਿੱਚ ਇਹ ਸਾਡਾ ਜਿਹੜੇ ਆ ਕੀ ਹਾਲਾਤ ਹੋਏ ਨੇ ਸਾਨੂੰ ਕਿੰਨੇ ਪਰਸੈਂਟ ਵੋਟਾਂ ਪਈਆਂ ਨੇ ਕਿੰਨੇ ਕ ਕੈਂਡੀਡੇਟ ਜਿਹੜੇ ਆ ਐਮਸੀ ਦੇ ਚਨਾਉ ਵਾਸਤੇ ਸਾਡੇ ਕੋਲ ਮਿਲੇ ਨੇ ਇਹਨਾਂ ਨੇ ਇਹਨੂੰ ਇਸ ਗੱਲ ਨੂੰ ਸੱਚਾਈ ਨੂੰ ਵੀ ਉੱਪਰ ਮੇਰੇ ਹਿਸਾਬ ਨਾਲ ਨਹੀਂ ਰੱਖਿਆ ਕਿ ਪੰਜਾਬ ਦੇ ਵਿੱਚ ਤਕਰੀਬਨ ਕੋਈ 2800 ਸੀਟਾਂ ਸਾਨੂੰ ਜਾਂ ਇਸ ਤੋਂ ਉੱਪਰ ਜਾਂ ਵੱਧ ਸਨ ਤੇ ਸਾਨੂੰ 1100 ਤੇ ਅਸੀਂ ਚਨਾਉ ਲੜਾਏ ਤੇ ਉਧਰੋਂ ਫੜ ਕੇ ਖਾਣਾ ਪੂਰਤੀ ਕਰਕੇ ਕੀਤਾ ਤੇ ਸਿਰਫ ਸਾਰੇ ਪੰਜਾਬ ਚ 45 ਐਮਸੀ ਜਿਤਾਏ ਨੇ ਤੇ 117 ਜਿਹੜੇ ਐਮਐਲਏ ਖਲੋਣੇ ਜਾਂ ਸਰਕਾਰ ਬਣਾਉਂਦੇ ਦਾਅਵੇ ਆ ਇਹ ਤਾਂ ਬਿਲਕੁਲ ਇੱਕ ਸੁਪਨਾ ਸੁਪਨਾ ਲੈਣ ਵਾਲੀ ਗੱਲ ਹੈਗੀ ਆ ਔਰ ਇਹ ਜਿਹੜੀ ਹੈ ਪੰਜਾਬ ਦੀ ਟੀਮ ਜਿਹੜੀ ਹੈ ਜਿਸ ਤਰ੍ਹਾਂ ਸੈਂਟਰ ਦੇ ਅੱਗੇ ਝੂਠ ਮਾਰ ਰਹੀ ਹੈ ਤੇ ਇਸੇ ਤਰ੍ਹਾਂ ਇਹ ਨਾ ਉੱਤੇ ਤੋਂ ਥੱਲੇ ਤੋਂ ਲੈ ਕੇ ਪੰਜਾਬ ਲੈਵਲ ਤੋਂ ਥੱਲੇ ਤੱਕ ਜਿਹੜੀ ਹੈ ਝੂਠ ਦਾ ਸਾਰੀ ਜਿਹੜੀ ਹੈ ਦੁਕਾਨਦਾਰਾਂ ਦੀ ਸਚਾਈ ਹੈ ਸਜਾਈ ਹੋਈ ਹੈ ਆ ਫਤੇਗਾ ਜਿਹੜੇ ਵਰਕਰ ਜਿਹੜੇ ਪੁਰਾਣੇ ਵਰਕਰ ਨੇ ਜਿੱਦਾਂ ਤੁਸੀਂ ਚੱਲ ਕੇ ਵੇਖੋ ਉੱਥੇ ਸਜਾਨਪੁਰ ਕਿੱਦਾਂ ਪੁਰਾਣਾ ਸਾਡਾ ਆਪਣਾ ਆਪਣਾ ਹੈ ਸੀ ਸਾਡੇ ਬਿੱਟੂ ਪ੍ਰਧਾਨ ਜੀ ਜਿਹੜੇ 5 ਵਾਰਾਂ ਕੌਂਸਲ ਰਹੇ ਨੇ ਹਾਂਜੀ ਨਗਰ ਕੌਂਸਲ ਦੇ ਪ੍ਰਧਾਨ ਵੀ ਰਹੇ ਨੇ ਔਰ ਉਹਨਾਂ ਨੂੰ ਵੀ ਅੱਖੋਂ ਪਰੋਖਿਆ ਕੀਤਾ ਗਿਆ ਤੇ ਉਹ ਉਹਨਾਂ ਨੇ ਭਾਜਪਾ ਛੱਡੀ ਮਾਸਟਰ ਮੋਹਨ ਲਾਜੀ ਕੱਡੇ ਪੁਰਾਣੇ ਨੇ ਪਠਾਨਕੋਟ ਤੋਂ ਕਿੰਨੀ ਉੱਥੇ ਪਟੋ ਧਾਰ ਦੀ ਗੱਲ ਹੈ ਉਹ ਵੀ ਇਸ ਗੱਲ ਤੋਂ ਨਾਲ ਸਹਿਮਤ ਨੇ ਵੀ ਕਿਸਾਨਾਂ ਦਾ ਮਸਲਾ ਜਿਹੜਾ ਹੱਲ ਕਰਵਾਉਣਾ ਚਾਹੀਦਾ ਤੇ ਇਸੇ ਤਰ੍ਹਾਂ ਹੀ ਮੈਂ ਇਹਨਾਂ ਵੀ ਹਰ ਜਗ੍ਹਾ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਆ ਵਰਕਰ ਜਿਹੜੇ ਵਰਕਰ ਕੰਮ ਕਰਨ ਵਾਲੇ ਨੇ ਉਹ ਇਹ ਪਾਰਟੀ ਨੂੰ ਛੜ ਛੜ ਕੇ ਜਾ ਰਹੇ ਨੇ ਔਰ ਇਹ ਇਸੇ ਤਰ੍ਹਾਂ ਦੀ ਉਹਨਾਂ ਵਰਕਰਾਂ ਦੀ ਨਾ ਪਰਵਾਹ ਕਰਦੇ ਹੋਏ ਤੇ ਪਾਰਟੀ ਕਿਸ ਤਰ੍ਹਾਂ ਜੀ ਅੱਗੇ ਵਧੇਗੀ ਕਿ ਕਿਸ ਤਰ੍ਹਾਂ ਪੰਜਾਬ ਦੇ 117 ਚੋਣਾਂ ਉਹ ਲੜੇਗੀ ਫਤਿਹਗੜ ਚੂੜੀਆਂ ਦੇ ਵਿੱਚ ਅੱਗੇ ਜਿਸ ਤਰ੍ਹਾਂ ਉੱਤਰ ਤੱਕ ਥੱਲੇ ਤੱਕ ਜ਼ਿਲ੍ਹਾ ਲੈਵਲ ਤੇ ਵੀ ਇਹੋ ਗੱਲ ਹੈ ਫਤਿਹਗੜ ਚੂੜੀਆਂ ਵਿੱਚ ਮੈਂ ਰਹਿਣਾ ਅਸੀਂ ਚੋਣਾਂ ਲੜਦੇ ਰਹੇ ਹਾਂ ਪੰਜ ਵਾਰ ਅਸੀਂ ਮਿਸਲ ਕਮਿੰਡ ਦਾ ਚੋਣ ਲੜਿਆ ਨੌ ਕੌਂਸਲ ਭਾਜਪਾ ਦੇ ਜਿਤਾਏ ਸੱਤ ਵੀ ਜਿਤਾਏ ਛੇ ਵੀ ਜਿਤਾਏ ਤੇ ਇਹਨਾਂ ਨੇ ਇਸ ਕਰਕੇ ਜਿਹੜੇ ਬੰਦੇ ਇਹਨਾਂ ਦੇ ਨਾਲ ਨੇ ਜਿਹੜੇ ਝੂਠੀ ਦੁਕਾਨਦਾਰ ਦੇ ਤੇ ਸਹਿਮਤ ਨਹੀਂ ਉਹਨਾਂ ਨਾਲ ਸਹਿਮਤੀ ਪ੍ਰਗਟ ਕਰਦੇ ਨੇ ਆ ਫਤਿਹਗੜ ਚੂੜੀਆਂ ਦੇ ਚੋਣ ਹੋਏ ਜੋ ਕਿ ਦੁਕਾਨਦਾਰੀ ਪੰਜਾਬ ਦੇ ਵਿੱਚ ਝੂਠ ਦੀ ਇਹ ਨਾ ਰੱਖੀ ਆ ਉਹ ਕੋਈ ਥੱਲੇ ਜ਼ਿਲ੍ਹੇ ਦੇ ਸਤਾਰ ਤੱਕ ਤੁਰੇ ਆਉਂਦੇ ਹੀ ਆ ਆ ਫਤੇਗੜ ਚੂੜੀਆਂ ਦੇ ਵਿੱਚ ਵੇਖਿਆ ਖੋਦਿਆ ਪਕਿਆਂ ਦੇ ਹੰਦੇ ਆ ਭਾਰ ਤੇ ਨਿਕਲਿਆ ਚੂਹਾ ਕਾਗਜ਼ਾਂ 'ਚ ਜਾ ਕੇ ਇਹਨਾਂ ਦੀਆਂ ਜਾ ਕੇ ਵੇਖ ਲਓ ਇਹਨਾਂ ਦੇ ਰਜਿਸਟਰਾਂ 'ਚ ਜਾ ਕੇ ਵੇਖ ਲਓ ਵੀ ਫਤੇਗੜ ਚੂੜੀਆਂ ਮੰਡਲ ਵਿੱਚ ਅਸੀਂ ਜੀ 56 ਸਮਤੀਆਂ ਬਣਾਈਆਂ ਇੰਨੇ ਅਸੀਂ ਬੁਖਤਰ ਤੇ ਪ੍ਰਧਾਨ ਬਣਾਏ ਆ ਇੰਨੇ ਸਮਤੀਆਂ ਦੇ ਮੈਂਬਰ ਬਣਾਏ ਆ ਫਤੇਗੜ ਚੂੜੀਆਂ ਦੇ ਬਾਡਾਂ 'ਚ ਭਰਭਾਰੀ ਲਾਤੇ ਨੇ ਜੀ ਬਾਹਰੋਂ ਆ ਕੇ ਭਰਭਾਰੀ ਲਾਤੇ ਨੇ ਇੰਨੇ ਬੂਸਤਰ ਤੇ ਲਾਇਨੇ ਨੇ ਇਸ ਸੰਮਤੀਆਂ ਦੇ ਮੈਂਬਰ ਨੇ ਜੀ ਇੰਨੇ ਭਰਭਾਰੀ ਲਾਏ ਨੇ ਤੇ ਬੜੇ ਅਫਸੋਸ ਵਾਲੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਕੋਲ ਜ਼ਿੰਮੇਵਾਰੀ ਸੀ ਪਹਿਲਾਂ ਤਾਂ ਕਹਿੰਦੇ ਰਹੇ ਜੀ ਬਿਲਕੁਲ ਇਲੈਕਸ਼ਨ ਲੜੀ ਜਾਵੇਗੀ ਲੜਾਵਾਂਗੇ ਫਤੇਗੜ ਕਮੇਟੀ ਬਣਾਵਾਂਗੇ ਕਾਉਂਸਲ ਨੇ ਬਣਾਵਾਂਗੇ ਤੇ ਜੋ ਹਾਲਾਤ ਹੋਏ ਆ ਮੈਨੂੰ ਬੜੀ ਗੱਲ ਜਿਹੜੀ ਆ ਦੁਖੀ ਮਨ ਨਾਲ ਵੀ ਕਹਿ ਰਿਹਾ ਕਿਉਂਕਿ ਅਸੀਂ ਪਾਰਟੀ ਨੂੰ ਅਸੀਂ ਸੰਜਿਆ ਇਸ ਪਾਰਟੀ ਵਿੱਚ ਬਹੁਤ ਸੰਘਰਸ਼ ਕਰਕੇ 40-45 ਸਾਲ ਤੋਂ ਕੰਮ ਕਰ ਰਹੇ ਆ ਜੇ ਫਤੇਗੜ 14 ਹਜ਼ਾਰ ਦੀ ਵੋਟ ਹੋਵੇ ਤੇ ਫਤੇਗੜ ਜਿਹੜੇ ਕੈਂਡੀਡੇਟ ਖਿਲਾ ਰਹੇ ਛੱਡ ਕੇ ਚੱਲ ਗਏ ਮੈਦਾਨ ਤੇ ਵੋਟਾਂ ਸਾਰੀਆਂ ਫਤੇਗੜ ਚੋਂ 14 ਪਈਆਂ ਸਾਰੇ ਸ਼ਹਿਰ ਚੋਂ ਵਾਡਾਂ ਚੋਂ ਕੌਂਸਲ ਚਲੇ ਗਏ ਬੂਥਾਂ ਤੇ ਨਹੀਂ ਬੈਠੇ ਐ ਇਸ ਤਰ੍ਹਾਂ ਦੇ ਜਿਹੜੇ ਆਏ ਹਾਲਾਤ ਫਤੇਗੜ ਟੂੜੀਆਂ ਦੇ ਵਿੱਚ ਹੋਏ ਨੇ ਇਹਦਾ ਕੌਣ ਜ਼ਿੰਮੇਵਾਰ ਆ ਇਹਨੂੰ ਇਸ ਲਈ ਉਹ ਤੋਂ ਪਤਾ ਨਹੀਂ ਲੱਗਦਾ ਵੀ ਵਾਸਤੇ ਵਿੱਚ ਸਾਡਾ ਥੱਲੇ ਹੈਗੀ ਆ ਤੇ ਆਪਾਂ 117 ਸੀਟਾਂ ਦੀ ਗੱਲ ਕਰ ਰਹੇ ਆ ਤੇ ਇਹਨਾਂ ਨੇ ਅੰਦਾਜ਼ਾ ਲਾਇਆ ਸਾਡੀ ਪਾਰਟੀ ਕਿੱਥੇ ਖਲੋਤੀ ਆ ਜੋਸੀ ਸਾਹਿਬ ਨੇ ਹੋ ਗੱਲ ਕੀਤੀ ਸੀ ਵੀ ਜਿਹੜੀ ਹਕੀਕਤ ਆ ਜਿਹੜੀ ਸਚਾਈ ਹੈ ਉਸ ਸਚਾਈ ਤੋਂ ਨਾ ਭਜੋ ਪਰ ਇਹ ਜਿਹੜੇ ਜਿਹੜੇ ਲੋਕ ਨੇ ਆਪਣੀ ਟੀਮ ਜਿਹੜੀਆਂ ਚੰਡੀਗੜ੍ਹ ਦੇ ਕਮਰਿਆਂ ਦੇ ਵਿੱਚ ਬੈਠ ਕੇ ਏਸੀ ਰੂਮਾਂ ਦੇ ਵਿੱਚ ਬੈਠ ਕੇ ਤੋਂ ਉੱਥੋਂ ਵਰਚੁਅਲ ਮੀਟਿੰਗਾਂ ਕਰਕੇ ਤੇ ਜਿਹੜਾ ਇਹ ਫੈਸਲਾ ਲੈਂਦੇ ਨੇ ਇਹੋ ਜਿਹੜਾ ਫੈਸਲਾ ਲਿਆ ਜਿਸ ਤਰ੍ਹਾਂ ਦੇ ਵਰਕਰਾਂ ਨੂੰ ਪਾਰਟੀ ਦੇ ਵਿੱਚੋਂ ਇਗਨੋਰ ਕੀਤਾ ਗਿਆ ਕੱਢਿਆ ਗਿਆ ਤਾਂ ਪਾਰਟੀ ਦਾ ਜਿਹੜਾ ਆਉਣ ਵਾਲਾ ਖਮਿਆਜਾ ਜਿਹੜਾ ਪਾਰਟੀ ਨੂੰ ਭੁਗਤਣਾ ਪਏਗਾ ਨਗਰ ਕੌਂਸਲ ਦੇ ਵਿੱਚ ਵੀ ਭੁਗਤਿਆ ਇਲੈਕਸ਼ਨ ਭੁਗਤਿਆ ਗਾਂਵ ਵੀ ਜੱਹਾ ਭੁਗਤਣਾ ਪਏਗਾ ਇਹਦੀ ਜਿਹੜੀ ਸਾਰੀ ਤੇ ਝੰਮੇ ਜਿਹੜੀ ਆ ਪੰਜਾਬ ਦੇ ਪ੍ਰਧਾਨ ਤੇ ਬੰਯਾਰ ਦੇ ਉੱਪਰਲੀ ਟੀਮ ਦੀ ਬੰਦੀ ਆ ਸਿਰਫ ਜਿਹੜਾ ਇਹਨਾਂ ਨੇ ਆਪਣਾ ਜਿਹੜਾ ਹੈ ਇਹਨਾਂ ਨੇ ਆਪਣੇ ਲੋਕਾਂ ਦਾ ਦਾ ਪਰਪੰ ਦੇ ਨਾਲ ਜਿਹੜੀ ਹੈ ਉਹ ਪਾਰਟੀ ਗੜੀ ਆ ਰਾਣੀ ਵੱਸ ਸਕਦੀ ਪਾਰਟੀ ਬਹੁਤ ਘਾਟੇ 'ਚ ਜਾ ਰਹੀ ਹੈ ਔਰ ਜੇਕਰ ਇਹ ਹਾਲਾਤ ਰਹੇ ਕਿਸਾਨਾਂ ਦਾ ਮਸਲਾ ਨਾ ਹੱਦ ਹੋਇਆ ਔਰ ਵਪਾਰੀਆਂ ਦੇ ਮਸਲੇ ਹੱਲ ਨਾ ਹੋਏ ਤਾਂ ਪਾਰਟੀ ਹੋਰ ਜਿਹੜੀ ਹੈ ਘਾਟੇ ਜਾਵੇਗੀ ਇਸ ਦੀ ਸਾਰੀ ਤੇ ਸਾਰੀ ਜ਼ਿੰਮੇ ਜਿਹੜੀ ਆ ਪੰਜਾਬ ਦੀ ਉੱਪਰ ਦੀ ਟੀਮ ਹੈ ਉਸ ਦੀ ਹੋਵੇਗੀ ਸੋ ਇਹ ਸਨ ਨਗਰ ਕੌਂਸਲ ਦੇ ਸਾਬਕਾ ਰਹਿ ਚੁੱਕੇ ਪ੍ਰਧਾਨ ਸੁਰਿੰਦਰ ਕੁਮਾਰ ਸ਼ਿੰਦੀ ਜੀ ਜਿਨ੍ਹਾਂ ਨੇ ਬੜੇ ਖੁੱਲੇ ਲਫ਼ਜ਼ਾਂ ਵਿੱਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਕਿ ਕਿਸਾਨੀ ਮਸਲੇ ਤੇ ਉਹ ਡਟ ਕੇ ਖੜੇ ਹਨ ਔਰ ਔਰ ਖੜੇ ਰਹਿਣਗੇ ਉਹਨਾਂ ਨੇ ਕਿਹਾ ਕਿ ਪੰਜਾਬ ਲੈਵਲ ਦੀ ਜਿਹੜੀ ਟੀਮ ਆ ਉਹ ਉੱਪਰ ਲੈਵਲ ਤੇ ਸਹੀ ਇਨਫੋਰਮੇਸ਼ਨ ਨਹੀਂ ਦੇ ਰਹੀ ਜਿਸ ਕਾਰਨ ਭਾਜਪਾ ਦਾ ਢਾਂਚਾ ਜਿਹੜਾ ਨਿਤ ਦਿਨ ਖਰਾਬ ਹੁੰਦਾ ਜਾ ਰਿਹਾ ਮੈਂ ਪਲਵਿੰਦਰ ਸਿੰਘ ਸਰੰਗਲ ਮੇਰੇ ਸਹਿਯੋਗੀ ਸਾਥੀ ਡਾਕਟਰ ਵਿਕਰਮਜੀਤ ਸਿੰਘ ਲਾਈਵ ਭਾਰਤ ਫਟੇਗੜ ਚੂੜੀਆ